ਸਤਿ ਸ਼੍ਰੀ ਅਕਾਲ ਆਦਾਬ ਤੇ ਨਮਸਕਾਰ ਮੈਂ ਸਲੋਨੀ ਸਰੀਨ ਗਲੋਬਲ ਪੰਜਾਬ ਟੀਵੀ ਵੱਲੋਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ ਗੱਲਾਂ ਵਿਦ ਗੁਲਾਬੋ ਦੇ ਵਿੱਚ ਆਓ ਜੀ ਫਿਰ ਹਾਜ਼ਰ ਹੋਇਆ ਜੀ ਲੈ ਕੇ ਤੁਹਾਡਾ ਆਪਣਾ ਫੇਵਰੇਟ ਸ਼ੋਅ ਤੁਹਾਡਾ ਮਨ ਪਸੰਦੀਦਾ ਸ਼ੋਅ ਤੇ ਤੁਹਾਡੇ ਮਤਲਬ ਦਾ ਸ਼ੋਅ ਜਿਹਦੇ 'ਚ ਹੱਸਾਂਗੇ ਹਸਾਵਾਂਗੇ ਅਤੇ ਨਾਲੇ ਕੁਛ ਡਿਸਕਸ਼ਨਸ ਕਰਾਂਗੇ ਡਿਸਕਸ਼ਨਸ ਅੱਜ ਕਰਾਂਗੇ ਜੀ ਕਹਿੰਦੇ ਨੇ ਜੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਵਾਕਈ ਸਹੀ ਗੱਲ ਹੈ ਜਿਹੜੇ ਬੰਦੇ ਨੂੰ ਜਿਸ ਚੀਜ਼ ਦਾ ਸ਼ੌਂਕ ਹੁੰਦਾ ਜਿਹੜੀ ਉਹਦੀ ਹੋਬੀ ਹੁੰਦੀ ਹੈ ਉਹਦੇ ਲਈ ਉਹ ਕੁਛ ਵੀ ਕਰ ਜਾਂਦਾ ਅਤੇ ਹੁਣ ਤੁਹਾਡੀ ਡਿਊਟੀ ਬਣਦੀ ਹੈ ਜੀ ਤੁਸੀਂ ਕਾਲ ਕਰਨੀ ਹੈ ਜੀ 3472521232 ਅਤੇ ਮੈਨੂੰ ਦੱਸਣਾ ਵੀ ਤੁਹਾਨੂੰ ਕਿਹੜੇ ਕਿਹੜੇ ਸ਼ੌਂਕ ਨੇ ਤੁਹਾਡੀਆਂ ਹੋਬੀਜ਼ ਕੀ ਨੇ ਕਹਿੰਦੇ ਨੇ ਜੀ ਖਾਲੀ ਦਿਮਾਗ ਜਿਹੜਾ ਹੈਗਾ ਨਾ ਉਹ ਸ਼ੈਤਾਨ ਦਾ ਘਰ ਹੁੰਦਾ ਅਤੇ ਇਸ ਕਰਕੇ ਆਪਾਂ ਆਪਣੇ ਦਿਮਾਗ ਨੂੰ ਖਾਲੀ ਘੱਟ ਹੀ ਰੱਖਦੇ ਹਾਂ ਹੁਣ ਤੁਸੀਂ ਕਹੋਗੇ ਉਹ ਕਿੱਦਾਂ ਜਦੋਂ ਆਪਾਂ ਕੰਮ ਤੋਂ ਆਉਂਦੇ ਹਾਂ ਜਾਂ ਜਦੋਂ ਆਪਣੇ ਕੰਮਾਂ ਕਾਰਾਂ ਤੋਂ ਵਿਹਲੇ ਹੋ ਜਾਂਦੇ ਤਾਂ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਉਹ ਕੰਮ ਕਰੀਏ ਜਿਹੜਾ ਸਾਡਾ ਸ਼ੌਂਕ ਆ ਜਾਂ ਜਿਹੜੀ ਸਾਨੂੰ ਵਧੀਆ ਚੀਜ਼ ਲੱਗਦੀ ਆ ਉਹ ਕੀ ਹੁੰਦੀ ਹੈ ਹੁਣ ਕਈ ਵਾਰ ਹੁੰਦਾ ਹੁਣ ਜਿੱਦਾਂ ਮੈਂ ਫ੍ਰੀ ਹੋ ਜਾਂਦੀ ਹਾਂ ਸ਼ੂਟ ਤੋਂ ਤਾਂ ਮੈਨੂੰ ਸ਼ੌਂਕ ਹੈ ਜੀ ਮੈਨੂੰ ਤਾਂ ਲਿਸਟ ਬਹੁਤ ਲੰਬੀ ਹੈ ਸਭ ਤੋਂ ਪਹਿਲਾਂ ਮੇਰਾ ਸ਼ੌਂਕ ਹੁੰਦਾ ਜੀ ਮੈਂ ਜਾ ਕੇ ਸ਼ੋਪਿੰਗ ਕਰਾਂ ਵਾਂ ਮੈਨੂੰ ਇਸ ਚੀਜ਼ ਦਾ ਸ਼ੌਂਕ ਆ ਵੀ ਮੈਂ ਜਾ ਕੇ ਪਹਿਲਾਂ ਸ਼ੋਪਿੰਗ ਕਰਾਂ ਵਾਂ ਬਾਕੀ ਕੰਮ ਬਾਅਦ 'ਚ ਕਰ ਲਾਂਗੀ ਹੁਣ ਇਸੇ ਤਰ੍ਹਾਂ ਜਦੋਂ ਤੁਸੀਂ ਕੰਮਾਂ ਕਾਰਾਂ ਤੋਂ ਆਉਂਦੇ ਹੋ ਜਾਂ ਕਿਚਨ ਤੋਂ ਵਿਹਲੇ ਹੁੰਦੇ ਹੋ ਅਤੇ ਤੁਹਾਡੇ ਦਿਲ ਕਰਦਾ ਵੀ ਆਪਾਂ ਟੀਵੀ ਵੇਖ ਲਈਏ ਆਪਣਾ ਸੀਰੀਅਲ ਵੇਖ ਲਈਏ ਅਤੇ ਇੱਦਾਂ ਹੀ ਮੇਰੇ ਕਾਲਰਸ ਦੀ ਹੁਣ ਡਿਊਟੀ ਬਣਦੀ ਹੈ ਵੀ ਉਹ ਮੈਨੂੰ ਫੋਨ ਕਰਕੇ ਦੱਸਣ ਵੀ ਤੁਹਾਡਾ ਕੀ ਸ਼ੌਂਕ ਹੈ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਜੀ ਹਾਂਜੀ ਮੈਂ ਬੋਲਦੀ ਹਾਂ ਗੁਲਾਬੋ ਜੀ ਦਵਿੰਦਰਜੀਤ ਦਵਿੰਦਰਜੀਤ ਤੁਸੀਂ ਥੋੜਾ ਜਿਹਾ ਉੱਚੀ ਬੋਲੋ ਤੁਹਾਡੀ ਆਵਾਜ਼ ਨਹੀਂ ਆ ਰਹੀ ਮੈਨੂੰ ਅੱਛਾ ਜੀ ਮੇਰੀ ਆਵਾਜ਼ ਤਾਂ ਬੜੀ ਉੱਚੀ ਆ ਉੱਚੀ ਠੀਕ ਹੈ ਹੁਣ ਤੁਹਾਡਾ ਸ਼ੌਂਕ ਹੋਊਗਾ ਉੱਚੀ ਬੋਲਣ ਦਾ ਨਵੇਂ ਸੂਟ ਸਵਾਣਾ ਹਾਂਜੀ ਨਵੇਂ ਨਵੇਂ ਸੂਟ ਸਵਾਉਣ ਦਾ ਸ਼ੌਕ ਹੈ ਤੁਹਾਨੂੰ ਬਹੁਤ ਸੋਹਣੇ ਸਾਡੇ ਤਾਂ ਆਪ ਮੂੰਹ ਵਿੱਚ ਪਾਣੀ ਆਉਂਦਾ ਤੁਹਾਡੇ ਸੂਟ ਕੇ ਆ ਮੈਂ ਇਦਾਂ ਕਰਦੀ ਹੁੰਦੀ ਹਾਂ ਜਦੋਂ ਜਿਹੜਾ ਵੀ ਕਾਲਰ ਮੇਰੇ ਤੋਂ ਸੂਟ ਮੰਗਦਾ ਨਾ ਮੈਂ ਸ਼ੂਟ ਤੋਂ ਬਾਅਦ ਉਹ ਸੂਟ ਉਹਨਾਂ ਨੂੰ ਭੇਜ ਦਿੰਦੀ ਹਾਂ ਹੁਣ ਮੈਂ ਕੈਨੇਡਾ ਭੇਜ ਦੇਣਾ ਹੈ ਸੂਟ ਓਕੇ ਥੈਂਕ ਯੂ ਜ਼ਰੂਰ ਭੇਜਣਾ ਪੱਕਾ ਪਰ ਤੁਸੀਂ ਮੈਨੂੰ ਦੱਸੋ ਵੀ ਤੁਹਾਨੂੰ ਕਿੱਦਾਂ ਦੇ ਸ਼ੌਂਕ ਨੇ ਤੁਹਾਡੀ ਹੋਬੀਜ਼ ਕੀ ਨੇ ਮੇਰੀਆਂ ਹੋਬੀਜ਼ ਪਤਾ ਕੀ ਹੈ ਮੇਰੀਆਂ ਹੋਬੀਜ਼ ਆ ਪਹਿਲੀ ਤਾਂ ਸਭ ਤੋਂ ਜਿਹੜੀ ਮੇਰੀ ਸਭ ਤੋਂ ਫੇਵਰੇਟ ਹੋਬੀ ਹੈ ਨਾ ਉਹ ਹੈਗੀ ਗੁਲਾਬੋ ਜੀ ਨਾਲ ਕਰਨੀਆਂ ਆਹ ਕੀ ਬਾਤਾਂ ਨੇ ਮੈਂ ਹੀ ਸੋਚ ਰਹੀ ਸੀ ਮੈਂ ਕਿਹਾ ਅੱਜ ਦਿਲ ਰੱਬ ਕਰੇ ਵੀ ਕੋਈ ਇੱਦਾਂ ਕਹਿ ਦੇ ਵੀ ਮੇਰਾ ਦਿਲ ਕਰਦਾ ਮੇਰਾ ਸ਼ੌਂਕ ਹੈ ਵੀ ਮੈਂ ਗੱਲਾਂ ਵਿੱਚ ਗੁਲਾਬੋ ਦੇਖਾਂ ਤਾਂ ਤੁਸੀਂ ਪਹਿਲੀ ਵਾਰ 'ਚ ਮੈਨੂੰ ਫੋਨ ਕਰਕੇ ਗੱਲ ਕਹਿਤੀ ਗੁਲਾਬੋ ਜੀ ਮੇਰਾ ਜੀ ਕਰਦਾ ਮੈਂ ਗੱਲਾਂ ਕਰੀ ਜਾਵਾਂ ਪਰ ਟਾਈਮ ਬੜਾ ਥੋੜਾ ਹੁੰਦਾ ਟਾਈਮ ਥੋੜਾ ਹੁੰਦਾ ਹੁਣ ਦੇਖ ਲਓ ਮੇਰੇ ਨਾਲ ਹੋਰ ਕਾਲਰਸ ਫਿਰ ਤੋਂ ਜੁੜ ਗਏ ਨੇ ਕੀ ਕਰਾਂ ਪਤਾ ਕੀ ਹੈ ਤੁਸੀਂ ਆਪਣੇ ਟਾਈਮ ਵਧਾਓ ਅਰੇ ਵਾਹ ਮੈਂ ਇਹੀ ਗੱਲ ਚੈਨਲ ਨੂੰ ਕਹਿ ਰਹੀ ਸੀਗੀ ਮੈਂ ਕਿਹਾ ਮੈਂ ਲੰਬੀਆਂ ਲੰਬੀਆਂ ਗੱਲਾਂ ਕਰਨੀਆਂ ਹੁੰਦੀ ਤੁਸੀਂ ਚੈਨਲ ਦਾ ਨਾ ਟਾਈਮ ਵਧਾ ਦਿਓ ਸਾਡੇ ਸ਼ੋਅ ਦਾ ਠੀਕ ਹੈ ਬਿਲਕੁਲ ਤੁਸੀਂ ਇਹੀ ਗੱਲ ਉਹ ਕਹਿੰਦੇ ਕਿਸੇ ਨੇ ਕਹੀ ਤਾਂ ਹੈ ਨਹੀਂ ਲਾਈਵ ਪ੍ਰੋਗਰਾਮ ਹੁੰਦਾ ਹੈ ਨਾ ਇਹਦਾ ਟਾਈਮ ਜ਼ਰੂਰ 1 ਘੰਟਾ ਚਾਹੀਦਾ ਤੁਸੀਂ ਐ ਕਰੋ ਤੁਸੀਂ ਸਾਡੀ ਮੇਲ ਆਈਡੀ 'ਚ ਨਾ ਇਹ ਮੈਸੇਜ ਭੇਜੋ ਫਿਰ ਚੈਨਲ ਵਾਲੇ ਪੜਨਗੇ ਠੀਕ ਹੈ ਥੈਂਕ ਯੂ ਸੋ ਮਚ ਜੀ ਅਗਲੇ ਕਾਲਰ ਨੂੰ ਪੁੱਛਦੇ ਆ ਵੀ ਉਹਨਾਂ ਦੇ ਸ਼ੌਂਕ ਕਿਹੜੇ ਨੇ ਤੇ ਉਹ ਵਿਹਲੇ ਹੋ ਕੇ ਕੀ ਕਰਨਾ ਚਾਹੁੰਦੇ ਨੇ ਹੌਬੀਜ਼ ਕੀ ਨੇ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਗੁਲਾਬ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਠੀਕ ਹੈ ਨਾਂ ਦੱਸੋ ਤੇ ਪਤਾ ਦੱਸੋ ਆਪਣਾ ਦਵਿੰਦਰ ਜੀ ਹਾਂਜੀ ਤੁਹਾਨੂੰ ਨਾਂ ਨੱਥਣਾ ਪੈਂਦਾ ਗੁਰਚਰਨ ਦਵਿੰਦਰ ਜੀ ਗੁਰਚਰਨ ਕੌਰ ਦਵਿੰਦਰ ਜੀ ਨਾਲ ਤੇ ਹੁਣੀ ਗੱਲ ਹੋਈ ਆ ਪਰ ਦਵਿੰਦਰ ਜੀ ਨੇ ਮੰਗ ਲਿਆ ਹੁਣ ਗੁਰਚਰਨ ਜੀ ਨੂੰ ਕਿੱਦਾਂ ਦਈਏ ਇਹਦੇ ਨਾਲ ਦਾ ਹੋਰ ਲੈ ਲਿਓ ਕੋਈ ਨਹੀਂ ਤੁਸੀਂ ਆ ਠੀਕ ਆ ਰੰਗ ਵੀ ਇਹੋ ਹੀ ਚੱਲੂਗਾ ਦਰਸ਼ਨ ਹੋ ਜਾਂਦੇ ਨੇ ਮੇਰੇ ਹੈ ਲੰਮੀ ਉਮਰ ਹੋਵੇ ਸ਼ੋਅ ਦਾ ਟਾਈਮ ਵਧਾ ਲੋ ਥੈਂਕ ਯੂ ਸੋ ਮਚ ਜੀ ਪੱਕਾ ਜੀ ਅੱਜ ਆਪਾਂ ਜ਼ਰੂਰ ਇਹ ਚੈਨਲ ਨੂੰ ਗੱਲ ਪਹੁੰਚਾਉਣੀ ਹੈ ਵੀ ਇਹ ਸ਼ੋਅ ਦਾ ਆਪਾਂ ਟਾਈਮ ਵਧਾਉਣਾ ਹੁਣ ਠੀਕ ਹੈ ਜੀ
ਓਕੇ, ਥੈਂਕ ਯੂ ਸੋ ਮਚ ਜੀ। ਆ ਵੇਖ ਲਓ ਸਾਰੇ ਕਾਲਜ ਨੇ ਮੈਨੂੰ ਕਿਹਾ ਸ਼ੋਅ ਦਾ ਟਾਈਮ ਬਤਾਉਣਾ, ਕੋਈ ਗੱਲ ਨਹੀਂ, ਆਪਾਂ ਚੈਨਲ ਨੂੰ ਗੱਲ ਪਹੁੰਚਾਉਣੀ ਆ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੌਣ ਬੋਲਦੇ? ਜੇਸ਼ਨ। ਓਕੇ, ਕਿੱਥੋਂ ਬੋਲ ਰਹੇ ਹੋ? ਅਮੈਰੀਕਾ ਤੋਂ। ਅਮੈਰੀਕਾ ਤੋਂ ਬੋਲ ਰਹੇ ਹੋ, ਤੇ ਕੀ ਕਹਿਣਾ ਚਾਹੋਗੇ ਆਪਣੇ ਸ਼ੌਂਕ ਦੇ ਬਾਰੇ, ਕੀ ਕਹਿਣਾ ਚਾਹੋਗੇ? ਮੈਂ ਸੌਕਰ ਖੇਡਦਾ। ਅੱਛਾ, ਤੇ ਤੁਹਾਨੂੰ ਵਧੀਆ ਲੱਗਦਾ ਖੇਡਣਾ? ਜਦੋਂ ਵੀ ਫ੍ਰੀ ਹੁੰਦੇ ਹੋ ਉਹੀ ਖੇਡਦੇ ਹੋ? ਕਿਉਂ, ਖੇਡ ਖੇਡ ਕੇ ਹੀ ਟਾਈਮ ਸਾਰਾ ਨਿਕਾਲ ਦਿੰਦੇ ਹੋ? ਖੇਡ ਖੇਡ ਕੇ ਟਾਈਮ ਨਿਕਾਲਦਾ। ਅੱਛਾ, ਤੁਹਾਨੂੰ ਵਧੀਆ ਲੱਗਦਾ, ਹੋਰ ਕੋਈ ਸ਼ੌਂਕ ਹੋਏ? ਬਾਸਕਟਬਾਲ। ਸਪੋਰਟਸ ਖੇਡਦੇ ਹੋ ਤੁਸੀਂ, ਹੈ ਸਾਰੇ ਸਪੋਰਟਸ ਦਾ ਸ਼ੌਂਕ ਆ ਤੁਹਾਨੂੰ? ਹਾਂਜੀ। ਕੀ ਏਜ ਆ ਤੁਹਾਡੀ? 11। ਅਰੇ ਵਾਹ, ਯੂ ਸੋ ਸਮਾਲ, ਤੇ ਇੰਨੀਆਂ ਸਾਰੀਆਂ ਗੇਮਸ ਖੇਡ ਲੈਂਦੇ ਹੋ। ਹਾਂਜੀ। ਹੋਰ ਕੋਈ ਸ਼ੌਂਕ? ਹੋਰ ਕੋਈ ਨਹੀਂ ਹੈਗਾ। ਅੱਛਾ, ਦੋਨੋਂ ਚੀਜ਼ਾਂ ਤੁਹਾਨੂੰ, ਸੌਕਰ ਤੇ ਬਾਸਕਟਬਾਲ ਦਾ ਸ਼ੌਂਕ ਆ? ਹਾਂਜੀ। ਹੈਨਾ, ਤੇ ਫਿਰ ਤਾਂ ਸਾਰਾ ਦਿਨ ਥੱਕ ਜਾਂਦੇ ਹੋਣੇ ਹੋ ਤੁਸੀਂ। ਹਾਂਜੀ। ਹੈਨਾ, ਤੇ ਫਿਰ ਬਹੁਤ ਸਾਰਾ ਤੁਸੀਂ ਪ੍ਰੋਟੀਨ ਤੇ ਕੈਲਸ਼ੀਅਮ ਤੇ ਕਿੰਨਾ ਕੁਝ ਖਾਂਦੇ ਹੋਣੇ ਹੋ ਫਿਰ ਤੁਸੀਂ, ਮੈਨੂੰ ਲੱਗਦਾ, ਕਿਉਂਕਿ ਗਰੋਇੰਗ ਏਜ ਹੈ ਨਾ ਤੁਹਾਡੀ। ਹਾਂਜੀ, ਪਾਪਾ ਬਾਹਰ ਲੈ ਕੇ ਆਏ ਸੀਗੇ। ਅੱਛਾ ਅੱਛਾ, ਮਤਲਬ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਕੋਲ ਹੈਗੀਆਂ ਵੀ ਤੁਸੀਂ ਐਨਰਜੀ ਗੇਨ ਕਰਕੇ ਫਿਰ ਖੇਡਣਾ ਸ਼ੁਰੂ ਕਰ ਦਿੰਦੇ ਹੋ ਨਾ। ਹਾਂਜੀ। ਚਲੋ, ਆਲ ਦ ਬੈਸਟ ਜੀ, ਬਹੁਤ ਵਧੀਆ ਤੁਸੀਂ ਕਰੋ ਆਪਣੀ ਲਾਈਫ ਦੇ ਵਿੱਚ ਤੇ ਆਪਣੇ ਸ਼ੌਂਕ ਇੱਦਾਂ ਹੀ ਬਰਕਰਾਰ ਰੱਖੋ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮਚ ਜੀ। ਹੁਣ ਅਗਲੇ ਕਾਲਰ ਦਾ ਸ਼ੌਂਕ ਪੁੱਛ ਲਈਏ ਜੀ। ਹੈਲੋ, ਹਾਏ ਹਾਏ, ਟੀਵੀ ਦੀ ਆਵਾਜ਼ ਘੱਟ ਕਰੋ। ਹੈਲੋ ਹੈਲੋ ਹੈਲੋ, ਆ ਵੇਖ ਲਓ ਮੇਰੇ ਨਾਲ ਗੱਲ ਨਹੀਂ ਕਰਦੇ ਤੇ ਟੀਵੀ ਦੀ ਆਵਾਜ਼ ਇੰਨੀ ਉੱਚੀ ਕਰ ਦਿੰਦੇ ਕਿ ਮੈਨੂੰ ਕੁਝ ਸੁਣੇ ਹੀ ਨਾ। ਅਗਲੇ ਕਾਲਰ ਨਾਲ ਗੱਲ ਕਰ ਲੈਂਦੇ ਹਾਂ ਅਸੀਂ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ? ਆ ਜਨਾਬ, ਥੋੜ੍ਹੀ ਜਿਹੀ ਆਵਾਜ਼ ਘੱਟ ਕਰ ਲਓ ਟੀਵੀ ਦੀ। ਹੈਲੋ, ਹਾਂਜੀ, ਮਾੜੀ ਜੀ ਟੀਵੀ ਦੀ ਆਵਾਜ਼ ਘੱਟ ਕਰ ਲਓ ਮਾੜੀ ਜੀ। ਘੱਟ ਕਿਤੇ ਬਾਈ ਆਵਾਜ਼ ਹੋਏ। ਹਾਂ, ਅੱਛਾ ਤੁਸੀਂ ਦੱਸੋ ਕਿੱਥੋਂ ਬੋਲ ਰਹੇ ਹੋ, ਕੀ ਨਾਮ ਤੁਹਾਡਾ? ਜਰਨੈਲ ਸਿੰਘ ਨਾਮ ਹੈ, ਨਿਊਯਾਰਕ ਤੋਂ ਬੋਲ ਰਹੇ ਹਾਂ। ਨਿਊਯਾਰਕ ਤੋਂ ਬੋਲ ਰਹੇ ਹੋ, ਤੇ ਕੀ ਕਹਿਣਾ ਚਾਹੋਗੇ ਤੁਸੀਂ ਆਪਣੇ ਸ਼ੌਂਕ ਦੇ ਬਾਰੇ, ਆਪਣੀ ਹੌਬੀਜ਼ ਦੇ ਬਾਰੇ? ਹੈਲੋ, ਹਾਂਜੀ ਸਰ, ਮੈਂ ਪੁੱਛ ਰਹੀ ਹਾਂ ਵੀ ਅੱਜ ਦਾ ਟੌਪਿਕ ਸੀਗਾ ਆਪਣੇ ਸ਼ੌਂਕ ਦੱਸਣੇ ਸੀਗੇ, ਆਪਣੀ ਹੌਬੀਜ਼ ਦੱਸਣੀਆਂ ਸੀਗੀਆਂ। ਸ਼ੌਂਕ ਆਪਣਾ ਜੀ ਕਬੱਡੀ ਖੇਡਣਾ ਜੀ। ਓਕੇ, ਅਰੇ ਵਾਹ, ਤੇ ਹੋਰ? ਵਾਲੀਬਾਲ ਜੀ। ਅੱਛਾ, ਤੁਸੀਂ ਵੀ ਸਪੋਰਟਸ ਦਾ ਸ਼ੌਂਕ ਰੱਖਦੇ ਹੋ, ਹਨਾ? ਹਾਂਜੀ ਹਾਂਜੀ। ਅੱਛਾ, ਤੇ ਮਤਲਬ ਰੂਟੀਨ ਵਿੱਚ ਆ ਤੁਸੀਂ ਆਪਣੀ ਜਿਹੜੀ ਹੌਬੀਜ਼ ਨੇ ਉਹਨਾਂ ਨੂੰ ਕਰਦੇ ਹੋ ਜਾਂ ਆਪਣੇ ਸ਼ੌਂਕ ਪੂਰੇ ਕਰਦੇ ਹੋ ਜਾਂ ਜਦੋਂ ਟਾਈਮ ਮਿਲੇ? ਨਹੀਂ, ਰੂਟੀਨ ਚ। ਰੂਟੀਨ ਦੇ ਵਿੱਚ? ਅਰੇ ਵਾਹ, ਤੇ ਕਿੰਨਾ ਕੁ ਟਾਈਮ ਡਿਵੋਟ ਕਰਦੇ ਹੋ ਤੁਸੀਂ ਇਹਨਾਂ ਵਾਸਤੇ? 3 ਤੋਂ 4 ਘੰਟੇ ਜੀ ਐਵਰੀ ਡੇ। 3 ਤੋਂ 4 ਘੰਟੇ ਤੁਸੀਂ ਕਬੱਡੀ ਖੇਡਣ ਜਾਂਦੇ ਹੋ ਰੋਜ਼? ਨਹੀਂ ਜੀ। ਅੱਛਾ, 2 ਘੰਟੇ ਕਬੱਡੀ। ਅੱਛਾ, 1 ਘੰਟਾ ਰੇਸ ਤੇ 1 ਘੰਟਾ ਵਾਲੀਬਾਲ। ਅਰੇ ਵਾਹ ਵਾਹ ਵਾਹ, ਕੀ ਬਾਤ ਹੈ, ਮਤਲਬ ਤੁਹਾਨੂੰ ਵਧੀਆ ਲੱਗਦਾ ਹਨਾ? ਤੇ ਜਿਸ ਦਿਨ ਕਿਤੇ ਟਾਈਮ ਨਾ ਮਿਲਦਾ ਹੋਵੇ ਫਿਰ ਲਗਭਗ ਟਾਈਮ ਕੱਢ ਹੀ ਲਈਦਾ ਜੀ। ਕੱਢ ਲਈਦਾ ਟਾਈਮ, ਬਹੁਤ ਵਧੀਆ ਜੀ, ਇਦਾਂ ਹੀ ਤੁਸੀਂ ਆਪਣੇ ਸ਼ੌਂਕ ਪੂਰੇ ਕਰਦੇ ਰਹੋ ਤੇ ਟਾਈਮ ਜ਼ਰੂਰ ਕੱਢਣਾ ਚਾਹੀਦਾ ਸ਼ੌਂਕ ਲਈ, ਨਹੀਂ ਤਾਂ ਸ਼ੌਂਕ ਮਰ ਜਾਂਦਾ ਹਨਾ। ਹਾਂਜੀ ਹਾਂਜੀ, ਬਿਲਕੁਲ ਜੀ। ਥੈਂਕ ਯੂ ਸੋ ਮਚ ਜੀ, ਤੁਹਾਡੇ ਜਿਹੜੀਆਂ ਹੌਬੀਜ਼ ਨੇ ਉਹ ਸੁਣ ਕੇ ਬਹੁਤ ਵਧੀਆ ਲੱਗਾ, ਤੇ ਇਦਾਂ ਹੀ ਜਿਹੜੇ ਤੁਹਾਡੇ ਸਪੋਰਟਸ ਨੇ ਤੁਸੀਂ ਉਹਨਾਂ ਨੂੰ ਬਰਕਰਾਰ ਰੱਖੋ ਹਨਾ। ਥੈਂਕ ਯੂ ਸੋ ਮਚ। ਹੁਣ ਅਗਲੇ ਕਾਲਰ ਨੂੰ ਪੁੱਛਦੇ ਆ ਜੀ, ਉਹਨਾਂ ਦੀ ਹੌਬੀਜ਼ ਕੀ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ। ਹਾਂ ਜੀ, ਸਤਿ ਸ਼੍ਰੀ ਅਕਾਲ ਜੀ, ਗੁਲਾਬੋ ਜੀ, ਕੀ ਹਾਲ ਚਾਲ ਹੈ? ਬਹੁਤ ਵਧੀਆ ਜੀ, ਬਹੁਤ ਵਧੀਆ। ਹੁਣ ਸਵਾਲ ਇਹ ਹੈ ਕਿ ਤੁਸੀਂ ਹੁਣ ਕੱਲ ਦੇ ਸਾਡੇ ਕੰਡਕਟਰੀ ਦੇ ਪੈਸੇ ਤਾਂ ਵਾਪਸ ਕੀਤੇ ਨਹੀਂ, ਪਰ ਚਲੋ ਅੱਜ ਤੁਹਾਡੇ ਨਾਲ ਗੱਲ ਕਰ ਲੈਂਦੇ ਹਾਂ। ਅੱਛਾ, ਹੁਣ ਤੁਸੀਂ ਬਕਾਇਆ ਨਹੀਂ ਤੁਹਾਨੂੰ ਮਿਲਿਆ ਤੇ ਹੁਣ ਤੁਸੀਂ ਮੈਨੂੰ ਬੋਲੋਗੇ? ਹੈ, ਉਹ ਤਾਂ ਚੱਲ ਗਈ, ਉਹ ਤਾਂ ਚੱਲ ਗਈ ਬਸ ਲੈ ਕੇ। ਮੈਨੂੰ ਲੱਗਦਾ ਉਹ ਪੈਸੇ ਤੁਸੀਂ ਲਾ ਕੇ ਸੂਟ ਜਿਹਾ ਲੈਣਾ ਤਾਂ ਹੀ ਲੈ ਲਿਆ। ਆ ਬਕਾਇਆ ਨਹੀਂ ਮੋੜਿਆ ਨਾ, ਤੇ ਸੂਟ ਹੀ ਲੈ ਲਿਆ ਉਹਦਾ। ਚਲੋ, ਕੋਈ ਗੱਲ ਸ਼ੌਂਕ ਹੁੰਦਾ ਪਤਾ ਕਈਆਂ ਨੂੰ, ਸ਼ੌਂਕ ਤੁਹਾਡੇ ਕੀ ਸ਼ੌਂਕ ਨੇ?
ਮੇਰੇ ਤਾਂ ਵੈਸੇ ਕੋਈ ਇਤਨੇ ਖਾਸ ਸ਼ੌਕ ਹੈ ਨੀ, ਮੈਂ ਤਾਂ ਜ਼ਿਆਦਾ ਘਰ ਚ ਬਸ ਬਿਜ਼ੀ ਰਹਿੰਦਾ, ਮੈਨੂੰ ਘਰ ਚ ਇਹ ਸ਼ੌਕ ਹੈਗਾ ਮੈਂ ਕਸਟਰਡ ਬਣਾ ਲਓ, ਬੇਸਣ ਬਣਾ ਲਓ, ਬਰਫੀ ਬਣਾ ਲਓ, ਜਲੇਬੀਆਂ ਬਣਾ ਲਓ, ਪੂੜੇ ਤਲ ਲਓ, ਕੜਾਹ ਬਣਾ ਲਓ, ਬਸ ਇਹ ਸ਼ੌਕ ਹੈ। ਅਰੇ ਵਾਹ, ਮੈਂ ਤੁਹਾਨੂੰ ਕੁਕਿੰਗ ਦਾ ਸ਼ੌਕ ਆ, ਬਹੁਤ ਜ਼ਿਆਦਾ ਸ਼ੌਕ, ਮਿੱਠੀਆਂ ਚੀਜ਼ਾਂ, ਮਿੱਠੀ ਚੀਜ਼ਾਂ, ਨਮਕੀਨ ਚੀਜ਼ਾਂ, ਸਮੋਸੇ ਬਣਾ ਲਓ, ਮਟਰੇ ਬਣਾ ਲਓ, ਸੇਵੀਆਂ ਬਣਾ ਲਓ। ਤੇ ਘਰੇ ਬਣਾ ਲੈਂਦੇ ਹੋ? ਹਾਂਜੀ, ਮੈਂ ਘਰੇ ਬਣਾ ਲੈਣਾ ਜੀ। ਤੇ ਭੇਜੋ ਪੰਜਾਬ ਨੂੰ ਇੱਥੇ ਨੂੰ, ਪੰਜਾਬ ਦੀ ਜਿੰਨੇ ਕਿਹੜੀ ਤੇਰੀ ਕਿੱਥੇ ਭੇਜੀ ਤੁਹਾਨੂੰ, ਤੁਸੀਂ ਚੰਡੀਗੜ੍ਹ ਭੇਜ ਦਿਓ ਜੀ ਸਾਨੂੰ, ਚੰਡੀਗੜ੍ਹ ਭੇਜ ਦਿਆਂਗੇ ਜੀ, ਠੀਕ ਹੈ, ਤੁਹਾਨੂੰ ਭੇਜ ਦਿਆਂਗੇ, ਤੁਸੀਂ ਠੀਕ ਹੈ ਜੀ। ਤੇ ਬਹੁਤ ਬਹੁਤ ਵਧੀਆ ਲੱਗਾ ਸੁਣ ਕੇ ਵੀ ਤੁਸੀਂ ਕੁਕਿੰਗ ਦਾ ਸ਼ੌਂਕ ਰੱਖਦੇ ਹੋ। ਥੈਂਕ ਯੂ ਸੋ ਮਚ ਜੀ। ਮੈਂ ਸ਼ੌਂਕ ਹੀ ਰੱਖਦਾ ਜੀ, ਥੈਂਕ ਯੂ ਜੀ, ਬਹੁਤ ਵਧੀਆ ਲੱਗਾ, ਥੈਂਕ ਯੂ ਸੋ ਮਚ ਜੀ। ਅਗਲੇ ਕਾਲਰ ਦੀ ਹੌਬੀਜ਼ ਪੁੱਛਦੇ ਆ ਜੀ। ਹੈਲੋ, ਹੈਲੋ ਗੁਲਾਬੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ? ਮੈਂ ਜੀ ਮੋਨ ਵਰਕ ਬੋਲ ਰਿਹਾ। ਕਿੱਥੋਂ ਸਰ? ਹੈਲੋ, ਹਾਂਜੀ, ਮੋਨ ਵਰਕ ਬੋਲ ਰਿਹਾ ਜੀ। ਅੱਜ ਮੇਰਾ ਜਨਮ ਦਿਨ ਹੈਗਾ ਤੇ। ਓ ਮੋਹਨ ਵਿਰਕ ਜੀ, ਹੈਨਾ, ਕਿੱਥੋਂ ਬੋਲ ਰਹੇ ਹੋ? ਨਾ ਦੱਸ ਕਿੱਥੋਂ? ਮੈਂ ਇੱਥੋਂ ਟੋਰਾਂਟੋ ਤੋਂ ਬੋਲ ਰਿਹਾ ਜੀ। ਟੋਰਾਂਟੋ ਤੋਂ? ਹਾਂਜੀ। ਪਹਿਲਾਂ ਤੇ ਤੁਹਾਨੂੰ ਮੋਹਨ ਵਿਰਕ ਜੀ ਨੂੰ ਪੂਰਾ ਸਾਡਾ ਚੈਨਲ, ਪੂਰਾ ਜਿਹੜਾ ਇੰਡੀਆ, ਪੂਰਾ ਐਬਰੋਡ, ਪੂਰਾ ਅਮਰੀਕਾ, ਪੂਰਾ ਕੈਨੇਡਾ, ਤੁਹਾਨੂੰ ਟੋਰਾਂਟੋ ਦੇ ਵਿੱਚ ਬੈਠਿਆਂ ਨੂੰ ਵਿਸ਼ ਕਰਨਾ ਚਾਹੁੰਦਾ ਜੀ, ਹੈਪੀ ਬਰਥਡੇ। ਥੈਂਕ ਯੂ ਵੈਰੀ ਮੱਚ ਜੀ। ਹਾਂਜੀ, ਤੇ ਤੁਹਾਡਾ ਸ਼ੌਂਕ ਦੱਸ ਦਿਓ ਹੁਣ ਫਟਾਫਟ। ਮੇਰਾ ਸ਼ੌਂਕ ਜੀ ਡਰਾਈਵਿੰਗ। ਡਰਾਈਵਿੰਗ ਕਿਹੜੀ ਛੇੜੀ ਮਾਰਨਾ ਹੈ? ਹਾਂਜੀ ਬਿਲਕੁਲ, ਹਾਂ, ਇਹ ਯੰਗਸਟਰਸ ਦਾ ਹੀ ਸ਼ੌਂਕ ਹੈ ਅੱਜ ਕੱਲ ਲੌਂਗ ਡਰਾਈਵ ਤੇ ਜਾਣਾ। ਡਰਾਈਵਿੰਗ ਦੀ ਜ਼ਿਆਦਾ ਵੱਡਾ ਸ਼ੌਂਕ ਹੈਗਾ। ਅੱਛਾ, ਡਰਾਈਵਿੰਗ ਦਾ। ਹਾਂਜੀ, ਤੇ ਚਲੋ ਅੱਜ ਬਰਥਡੇ ਸੈਲੀਬ੍ਰੇਟ ਕਰੋ, ਅੱਜ ਕਾਰ ਦੇ ਵਿੱਚ ਗੇੜੀ ਮਾਰਦੇ ਮਾਰਦੇ ਬਰਥਡੇ ਸੈਲੀਬ੍ਰੇਟ ਕਰ ਆਓ। ਹਾਂਜੀ, ਪਰ ਹੁਣ ਪੈਗ ਬਹੁਤ ਜ਼ਿਆਦਾ ਲੱਗ ਚੁੱਕੇ ਨੇ। ਪੈਸੇ ਤੁਸੀਂ ਖਰਚੋ, ਚਲੋ ਹੁਣ ਘਰੇ ਬਹਿ ਕੇ ਹੈ। ਹਾਂਜੀ, ਤੁਸੀਂ ਐਂ ਕਰੋ, ਤੁਹਾਡਾ ਬਰਥਡੇ ਆਪਾਂ ਸੈਲੀਬ੍ਰੇਟ ਕਰਦੇ ਹਾਂ, ਤੁਸੀਂ ਥੋੜ੍ਹੀ ਦੇਰ ਲਈ ਹੋਲਡ ਕਰੋ, ਆਪਾਂ ਲੈਂਦੇ ਹਾਂ ਜੀ ਇੱਕ ਨਿੱਕਾ ਜਿਹਾ ਪਿਆਰਾ ਜਿਹਾ ਬ੍ਰੇਕ। ਵੈਲਕਮ ਬੈਕ ਆਫਟਰ ਦਾ ਬ੍ਰੇਕ ਜੀ। ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ। ਬ੍ਰੇਕ ਤੋਂ ਪਹਿਲਾਂ ਗੱਲਾਂ ਚੱਲ ਰਹੀ ਸੀਗੀ ਜੀ ਸ਼ੌਂਕ ਦੀਆਂ, ਹੋਬੀਜ਼ ਦੀਆਂ, ਅਤੇ ਸਾਰੇ ਕਾਲਜ ਨੇ ਮੈਨੂੰ ਬਹੁਤ ਸਾਰੀਆਂ ਆਪਣੀਆਂ ਹੋਬੀਜ਼ ਗਿਣਾਈਆਂ ਜੀ। ਕੀ ਗਿਣਾਈਆਂ? ਕਿਸੇ ਨੇ ਕਿਹਾ ਮੈਨੂੰ ਕੁਕਿੰਗ ਦਾ ਸ਼ੌਂਕ ਹੈ, ਮੈਂ ਮਿੱਠਾ ਬਣਾਉਂਦਾ ਹਾਂ, ਕਿਸੇ ਨੇ ਮੈਨੂੰ ਦੱਸਿਆ ਵੀ ਮੈਂ ਸਪੋਰਟਸ ਦਾ ਸ਼ੌਂਕ ਰੱਖਦਾ, ਮੈਂ ਸੋਕਰ ਖੇਡਦਾ, ਮੈਂ ਬਾਸਕਿਟਬਾਲ ਖੇਡਦਾ, ਮੈਂ ਕਬੱਡੀ ਖੇਡਦਾ, ਕਿਸੇ ਨੇ ਮੈਨੂੰ ਦੱਸਿਆ ਵੀ ਉਹਨਾਂ ਨੂੰ ਸੂਟ ਜਿਹੜੇ ਖਰੀਦਣ ਦਾ ਉਹ ਸ਼ੌਂਕ ਹੈ, ਕਿਸੇ ਨੇ ਕਿਹਾ ਵੀ ਉਹਨਾਂ ਨੂੰ ਦੂਸਰਿਆਂ ਦੇ ਸੂਟ ਮੰਗਣ ਦਾ ਸ਼ੌਂਕ ਹੈ, ਪਰ ਮੈਨੂੰ, ਮੈਂ ਤੁਹਾਨੂੰ ਦੱਸਿਆ ਵੀ ਮੈਨੂੰ ਸ਼ੋਪਿੰਗ ਦਾ ਸ਼ੌਂਕ ਹੈ। ਹੋਰ ਮੈਂ ਤੁਹਾਨੂੰ ਆਪਣਾ ਸ਼ੌਂਕ ਗਿਣਾਉਣ ਲੱਗੀ ਸੀਗੀ, ਪਰ ਇੰਨੀ ਲਿਸਟ ਲੰਬੀ ਸੀਗੀ ਵੀ ਤੁਸੀਂ ਫੋਨ 'ਤੇ ਫੋਨ ਕੀਤੇ ਅਤੇ ਮੇਰੀ ਲਿਸਟ ਜਿਹੜੀ ਆ ਉਹ ਅੱਧੀ ਵਿੱਚ ਹੀ ਰਹਿ ਗਈ। ਮੇਰਾ ਸ਼ੌਂਕ ਹੈਗਾ ਜੀ ਖਾਣ ਪੀਣ ਦਾ, ਮੈਨੂੰ ਖਾਣ ਪੀਣ ਦਾ ਇੰਨਾ ਕੁ ਸ਼ੌਂਕ ਹੈ ਨਾ, ਮੈਨੂੰ ਹੁੰਦਾ ਵੀ ਮੈਂ ਹਰ ਦੇਸ਼, ਹਰ ਕੰਟਰੀ, ਹਰ ਸਿਟੀ, ਹਰ ਸਟੇਟ ਦੀ ਨਾ ਹਰ ਚੀਜ਼ ਟੇਸਟ ਕੀਤੀ ਹੋਏ, ਮੈਨੂੰ ਸਾਰੀ ਡਿਸ਼ਿਜ਼ ਟੇਸਟ ਕਰਨ ਦਾ ਇੰਨਾ ਕੁ ਸ਼ੌਂਕ ਹੈ ਨਾ, ਮੈਂ ਵਿਆਹ 'ਚ ਵੀ ਜਾਵਾਂ ਨਾ ਅਤੇ ਮੈਨੂੰ ਸ਼ੌਂਕ ਹੈਗਾ, ਮੇਰੀ ਆਦਤ ਹੈਗੀ ਹੈ ਵੀ ਮੈਂ ਉੱਥੇ ਨਾ ਹਰ ਡਿਸ਼ ਜਿਹੜੀ ਹੈਗੀ ਆ, ਹੁਣ ਤੁਸੀਂ ਆਪ ਹਿਸਾਬ ਲਾਓ ਵਿਆਹਾਂ 'ਚ ਕਿੰਨੀਆਂ ਡਿਸ਼ਾਂ ਹੁੰਦੀਆਂ, ਮੈਂ ਸਾਰੀਆਂ ਟੇਸਟ ਕਰਕੇ ਆਉਂਦੀ ਹਾਂ, ਏ ਟੂ ਜ਼ੈਡ, ਮਿੱਠੇ ਤੋਂ ਲੈ ਕੇ ਖੱਟੇ ਤੋਂ ਲੈ ਕੇ ਨਮਕੀਨ ਤੋਂ ਲੈ ਕੇ ਸੈਲਡ ਤੋਂ ਲੈ ਕੇ ਅਤੇ ਐਂਡ ਤੱਕ ਜਲੇਬੀਆਂ ਤੱਕ ਮੈਂ ਖਾ ਕੇ ਆਉਂਦੀ ਹਾਂ। ਅਤੇ ਉਸ ਤੋਂ ਬਾਅਦ ਤੁਸੀਂ ਦੱਸਿਆ ਕਿਹਨੇ ਮੈਨੂੰ ਕੀ ਦੱਸਿਆ, ਮੈਨੂੰ ਕਿਸੇ ਨੇ ਦੱਸਿਆ ਵੀ ਉਹਨਾਂ ਨੂੰ ਖੇਡਣ ਦਾ ਸ਼ੌਂਕ ਆ, ਹੈ ਨਾ, ਅਤੇ ਖੇਡਣ ਦਾ ਸ਼ੌਂਕ ਤੋਂ ਮੈਂ ਦੱਸਾਂ ਵੀ ਮੈਨੂੰ ਬਚਪਨ ਵਿੱਚ ਨਾ ਰੇਸ ਦਾ ਬਹੁਤ ਸ਼ੌਂਕ ਸੀਗਾ, ਮੈਂ ਸਪੋਰਟਸ ਜਦੋਂ ਖੇਡਦੀ ਸੀਗੀ ਨਾ ਮੈਨੂੰ ਖੋ ਖੋ ਦਾ ਅਤੇ ਜਿਹੜੀ ਆਪਣੀ ਫਲੈਟ ਰੇਸ ਹੈ ਜਾਂ ਹੋਰ ਸਾਡੀਆਂ ਰੇਸਿਸ ਨੇ, ਮੈਨੂੰ ਉਹਨਾਂ ਦਾ ਸ਼ੌਂਕ ਸੀਗਾ, ਮੈਂ ਸਪੋਰਟਸ ਦੇ ਵਿੱਚ ਬਹੁਤ ਵਧੀਆ ਜਿਹੜਾ ਆ ਪਰਫੋਰਮ ਕਰਦੀ ਸੀਗੀ। ਨਾਲ ਹੀ ਨਾਲ ਮੈਨੂੰ ਸ਼ੌਂਕ ਸੀਗਾ ਜੀ ਕ੍ਰਾਫਟਸ ਦਾ, ਮੈਨੂੰ ਕ੍ਰਾਫਟ ਬਣਾਉਣ ਦਾ ਬਹੁਤ ਸ਼ੌਂਕ ਸੀਗਾ ਵੀ ਜਿਹੜਾ ਹੁੰਦਾ ਨਾ ਵੇਸਟ ਮਟੀਰੀਅਲ ਪਿਆ ਹੁੰਦਾ ਉਹਨਾਂ ਦੀਆਂ ਮੈਂ ਅਲੱਗ ਅਲੱਗ ਚੀਜ਼ਾਂ ਬਣਾ ਲੈਂਦੀ ਹਾਂ, ਜਿੱਦਾਂ ਉਹਨੂੰ ਯੂਜ਼ ਕਿਸੇ ਤਰ੍ਹਾਂ ਕਰਕੇ ਨਾ, ਜਿੱਦਾਂ ਬਚਪਨ ਵਿੱਚ ਸਾਨੂੰ ਸਿਖਾਉਂਦੇ ਸੀਗੇ ਆਰਟ ਐਂਡ ਕ੍ਰਾਫਟ ਦਾ ਸਾਡਾ ਜਿਹੜਾ ਲੈਕਚਰ ਲੱਗਦਾ ਸੀਗਾ ਉਹਦੇ 'ਚ ਸਾਨੂੰ ਸਿਖਾਉਂਦੇ ਸੀਗੇ ਵੀ ਜਿਹੜੀ ਫਾਲਤੂ ਚੀਜ਼ਾਂ ਉਹਨਾਂ ਨੂੰ ਕਿੱਦਾਂ ਯੂਜ਼ ਕਰਨਾ ਹੈ, ਅਤੇ ਮੈਨੂੰ ਉਸ ਵਾਰ ਸ਼ੌਂਕ ਪੈ ਗਿਆ ਵੀ ਹੁਣ ਮੇਰੇ ਕੋਲ ਕੋਈ ਵੀ ਫਾਲਤੂ ਚੀਜ਼ ਹੁੰਦੀ ਹੈ ਮੈਂ ਉਹਨੂੰ ਅੱਛੇ ਵਧੀਆ ਤਰੀਕੇ ਨਾਲ ਯੂਟੀਲਾਈਜ਼ ਕਰਦੀ ਹਾਂ ਅਤੇ ਆਪਣੇ ਕਾਲਰਸ ਤੋਂ ਪੁੱਛਦੀ ਹੈ ਵੀ ਉਹਦਾ ਨਾ ਕੀ ਸ਼ੌਂਕ ਹੈ, ਮੈਂ ਬੋਲੀ ਚਾਹ ਰਹੀ ਹਾਂ ਕਿੰਨੀ ਦੇਰ ਦੀ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ ਜੀ। ਜੀ ਸਰ, ਕੌਣ ਬੋਲ ਰਹੇ ਹੋ? ਮੈਂ ਦਿਗਵਿਜੇ ਸਿੰਘ ਬੋਲ ਰਿਹਾ ਜੀ। ਓਕੇ ਸਰ, ਕਿੱਥੋਂ ਬੋਲ ਰਹੇ ਹੋ? ਹਾਂਜੀ, ਕਿੱਥੋਂ ਬੋਲ ਰਹੇ ਸਰ? ਹੈਲੋ, ਹਾਂਜੀ ਸਰ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਂ ਨਿਊਯਾਰਕ ਤੋਂ ਬੋਲ ਰਿਹਾ ਜੀ। ਓਕੇ, ਤੇ ਅੱਜ ਟੌਪਿਕ ਚੱਲ ਰਿਹਾ ਸੀਗਾ ਸਾਡਾ ਸ਼ੌਂਕ ਦਾ, ਆਪਣੀ ਹੌਬੀਜ਼ ਦਾ। ਹਾਂ ਹਾਂ, ਮੈਂ ਦੇਖ ਰਿਹਾ ਸੀਗਾ। ਹਾਂ, ਮੈਂ ਦੇਖ ਰਿਹਾ ਸੀਗਾ ਜੀ। ਤੇ ਤੁਸੀਂ ਦੱਸੋ। ਨਹੀਂ, ਮੈਨੂੰ ਪਹਿਲਾਂ ਇਹ ਦੱਸੋ ਤੁਹਾਡਾ ਕਿਵੇਂ, ਤੁਹਾਡਾ ਕੀ ਸ਼ੌਂਕ ਹੈ? ਮੇਰਾ ਸ਼ੌਂਕ ਤਾਂ ਮੈਂ ਇੰਨੀ ਲੰਬੀ ਲਿਸਟ ਗਿਣਾ ਰਹੀ ਸੀਗੀ, ਮੇਰਾ ਸ਼ੌਂਕ ਹੈ ਜੀ ਮੈਂ ਸ਼ੌਪਿੰਗ ਕਰਨ ਜਾਂਦੀ ਹਾਂ, ਹੈ ਨਾ, ਮੇਰਾ ਸ਼ੌਂਕ ਹੈ ਜੀ ਮੈਂ ਖਾਣ ਪੀਣ ਚੱਲ ਜਾਂਦੀ ਹਾਂ, ਮੇਰਾ ਸ਼ੌਂਕ ਹੈ ਮੈਂ ਕੁਕਿੰਗ ਕਰਦੀ ਹਾਂ, ਮੇਰਾ ਸ਼ੌਂਕ ਹੈ ਮੈਂ ਆਰਟ ਐਂਡ ਕ੍ਰਾਫਟ ਵਿੱਚ ਇੰਟਰਸਟ ਰੱਖਦੀ ਹਾਂ, ਪਰ ਤੁਸੀਂ ਦੱਸੋ ਮੇਰੀ ਲਿਸਟ ਬਹੁਤ ਲੰਬੀ ਆ। ਹੈਲੋ,
ਹੈਲੋ ਹੈਲੋ ਬਸ ਮੇਰਾ ਹੀ ਸ਼ੌਂਕ ਪੁੱਛਣਾ ਸੀਗਾ ਹੈਲੋ ਸਰ ਤੁਹਾਨੂੰ ਸਾਡੀ ਆਵਾਜ਼ ਆ ਰਹੀ ਆ ਹੈਲੋ ਆਹੋ ਲੱਗਦਾ ਕੁਛ ਪ੍ਰੋਬਲਮ ਹੋ ਗਈ ਇਹਨਾਂ ਦਾ ਫੋਨ ਜਿਹੜਾ ਆ ਉਹ ਕੱਟਿਆ ਗਿਆ ਪਰ ਇਹਨਾਂ ਨੇ ਮੇਰੇ ਸਾਰੇ ਸ਼ੌਂਕ ਸੁਣ ਲਏ ਇੰਨੀ ਲੰਬੀ ਲਿਸਟ ਸੁਣ ਲਈ ਅਤੇ ਇਹਨਾਂ ਨੂੰ ਮੈਨੂੰ ਲੱਗਦਾ ਇਹ ਥੱਕ ਗਏ ਹੋਣੇ ਆ ਅਤੇ ਇਹਨਾਂ ਨੇ ਆਪਣਾ ਸ਼ੌਂਕ ਦੱਸਿਆ ਹੀ ਨਹੀਂ ਕਹਿੰਦੇ ਤੁਸੀਂ ਬੋਲੀਓ ਹੀ ਜਾਓ ਪਹਿਲਾਂ ਮੈਂ ਬਾਅਦ 'ਚੋਂ ਦੱਸ ਦਿੰਦਾ ਆਪਣਾ ਸ਼ੌਂਕ ਮੈਂ ਕਿਹਾ ਜੀ ਨਹੀਂ ਤੁਸੀਂ ਵੀ ਮੈਨੂੰ ਦੱਸਣਾ ਆ ਕੋਈ ਗੱਲ ਨਹੀਂ ਜੀ ਜੇ ਕਾਲ ਕਨੈਕਟ ਨਹੀਂ ਹੋ ਪਾ ਰਹੀ ਤਾਂ ਦੁਬਾਰਾ ਕਾਲ ਕਰ ਲਓ ਹੈ ਨਾ ਹੋ ਜਾਂਦਾ ਆ ਕਈ ਵਾਰ ਤੁਹਾਡੇ ਵੱਲੋਂ ਪ੍ਰੋਬਲਮ ਹੋ ਗਈ ਕਈ ਵਾਰ ਸਾਡੇ ਵੱਲੋਂ ਪ੍ਰੋਬਲਮ ਹੋ ਗਈ ਅੱਛਾ ਮੈਂ ਦੱਸ ਰਹੀ ਸੀ ਕਿ ਮੈਨੂੰ ਕੁਕਿੰਗ ਦਾ ਬਹੁਤ ਸ਼ੌਂਕ ਆ ਮੈਨੂੰ ਸ਼ੌਂਕ ਆ ਵੀ ਮੈਂ ਵਧੀਆ ਵਧੀਆ ਡਿਸ਼ਿਜ਼ ਬਣਾਵਾਂ ਅਤੇ ਮੇਰਾ ਇੱਕ ਸ਼ੌਂਕ ਹੈਗਾ ਵੀ ਮੈਂ ਜਿਹੜੀ ਵੀ ਚੀਜ਼ ਬਾਹਰੋਂ ਖਾ ਕੇ ਆਉਂਦੀ ਹਾਂ ਨਾ ਉਹਨੂੰ ਘਰ ਆ ਕੇ ਜ਼ਰੂਰ ਟਰਾਈ ਕਰਦੀ ਹਾਂ ਜ਼ਰੂਰ ਬਣਾ ਕੇ ਦੇਖਦੀ ਹਾਂ ਵੀ ਮੇਰੇ ਕੋਲ ਵਧੀਆ ਬਣਦੀ ਹੈ ਕਿ ਨਹੀਂ ਫਿਰ ਮੈਨੂੰ ਸ਼ੌਂਕ ਆ ਵੀ ਉਹ ਸਾਰੇ ਜਾਣੇ ਖਾਣ ਅਤੇ ਮੇਰੀ ਤਾਰੀਫ ਕਰਨ ਹੈ ਨਾ ਇੱਦਾਂ ਹੀ ਤੁਹਾਨੂੰ ਵੀ ਸ਼ੌਂਕ ਹੋਣਗੇ ਦੱਸੋ ਜੀ ਫਟਾਫਟ ਮੈਨੂੰ ਤੁਹਾਡੇ ਕੀ ਸ਼ੌਂਕ ਨੇ ਹੈਲੋ ਹੈਲੋ ਹਾਂਜੀ ਸਰ ਤੁਹਾਡੀ ਕਾਲ ਡਿਸਕਨੈਕਟ ਹੋ ਗਈ ਸੀਗੀ ਹੈਲੋ 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 ਆਵਾਜ਼ ਆ ਰਹੀ ਹੈ ਸਰ ਆ ਸਰ ਲੱਗਦਾ ਤੁਹਾਡੀ ਤੁਹਾਡੇ ਸੈੱਲ ਫੋਨ 'ਚ ਕੁਛ ਪ੍ਰੋਬਲਮ ਆ ਉੱਥੋਂ ਹੀ ਪ੍ਰੋਬਲਮ ਆ ਹੈਲੋ ਇਹਨਾਂ ਨੇ ਫਿਰ ਮੈਨੂੰ ਕਾਲ ਕੀਤੀ ਪਰ ਇਹਨਾਂ ਨੂੰ ਕਨੈਕਟ ਨਹੀਂ ਕਰ ਪਾਏ ਅੱਛਾ ਕਈ ਐਸੇ ਨੇ ਜਿਨ੍ਹਾਂ ਨੂੰ ਸ਼ੌਂਕ ਹੋਏਗਾ ਜੀ ਵੀ ਆਈ ਪੀ ਨੰਬਰਸ ਦਾ ਮੈਨੂੰ ਯਾਦ ਆਇਆ ਵੀ ਜਦੋਂ ਮੇਰੇ ਡੈਡ ਨੇ ਨਾ ਉਹਨਾਂ ਨੂੰ ਬਹੁਤ ਸ਼ੌਂਕ ਆ ਵੀ ਉਹਨਾਂ ਜਦੋਂ ਵੀ ਗੱਡੀ ਲੈਂਦੇ ਨੇ ਨਾ ਉਹਦਾ ਵੀ ਆਈ ਪੀ ਨੰਬਰ ਜ਼ਰੂਰ ਲੈਂਦੇ ਨੇ ਹੈ ਨਾ ਕਹਿੰਦੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਹੁਣ ਗੱਡੀ ਇੰਨੇ ਦੀ ਨਹੀਂ ਹੁੰਦੀ ਜਿਹਨਾਂ ਦਾ ਉਹ ਵੀ ਆਈ ਪੀ ਨੰਬਰ ਲੈ ਕੇ ਬਹਿ ਜਾਂਦੇ ਫਿਰ ਮੈਂ ਝਿੜਕਾ ਦਿੰਦੀ ਹਾਂ ਮੈਂ ਕਿਹਾ ਇਹ ਵੀ ਕਿਹੜਾ ਸ਼ੌਂਕ ਹੋਇਆ ਵੀ ਇੰਨੇ ਮਹਿੰਗੇ ਮਹਿੰਗੇ ਨੰਬਰ ਲੈਣ ਦਾ ਅਤੇ ਮੈਨੂੰ ਪਤਾ ਉੱਥੇ ਵੀ ਜਿਹੜੇ ਸਾਡੇ ਕਾਲਜ ਬੈਠੇ ਨੇ ਉਹਨਾਂ ਨੂੰ ਸ਼ੌਂਕ ਹੈ ਵੀ ਆਪਣੀ ਗੱਡੀਆਂ ਨੂੰ ਵੀ ਆਈ ਪੀ ਨੰਬਰ ਹੈ ਨਾ ਦੇਈਏ 0001 ਜਾਂ 0010 ਇੱਦਾਂ ਦਾ ਕੁਛ ਹੋ ਜਾਂਦਾ ਆ ਨੰਬਰ ਵਧੀਆ ਜਿਹੇ ਨੰਬਰ ਪਰ ਕੋਈ ਗੱਲ ਨਹੀਂ ਜੀ ਸ਼ੌਂਕ ਆਪਣੇ ਜ਼ਰੂਰ ਪੂਰੇ ਕਰਨੇ ਚਾਹੀਦੇ ਜਿਹੜੀ ਆਪਣੀਆਂ ਹੋਬੀਜ਼ ਨੇ ਜਦੋਂ ਵੀ ਟਾਈਮ ਮਿਲੇ ਆਪਣੇ ਸ਼ੌਂਕ ਨੂੰ ਜ਼ਰੂਰ ਪੂਰਾ ਕਰੋ ਕਿਉਂਕਿ ਜਦੋਂ ਸ਼ੌਂਕ ਮਰ ਜਾਂਦਾ ਤਾਂ ਇਨਸਾਨ ਦੀ ਜਿਹੜੀਆਂ ਫੀਲਿੰਗਸ ਨੇ ਉਹ ਮਰ ਜਾਂਦੀਆਂ ਇਨਸਾਨ ਦੀ ਜਿਹੜੀ ਸੋਚਣ ਦੀ ਸ਼ਕਤੀ ਉਹ ਮਰ ਜਾਂਦੀ ਹੈ ਇਸ ਕਰਕੇ ਕੁਛ ਨਾ ਕੁਛ ਕ੍ਰੀਏਟਿਵ ਕਰਦੇ ਰਹਿਣਾ ਚਾਹੀਦਾ ਹੈ ਅਤੇ ਇਸ ਦੇ ਨਾਲ ਹੀ ਹੁਣ ਸਮਾਂ ਸਾਨੂੰ ਇਜਾਜ਼ਤ ਦਿੰਦੇ ਰਿਹਾ ਕਿ ਮੈਂ ਆਪਣੀਆਂ ਲਿਸਟਾਂ ਗਣਾਵਾਂ ਸ਼ੌਂਕ ਵਾਲੀਆਂ ਅਤੇ ਸਾਡੇ ਕਾਲਜ ਨੇ ਸਾਨੂੰ ਦੱਸਿਆ ਵੀ ਜਿਹੜਾ ਆਪਣਾ ਟਾਈਮ ਆ ਉਹ ਵਧਾ ਦਿਉ ਅਤੇ ਆਪਾਂ ਹੁਣ ਪੱਕਾ ਇਹੀ ਕੋਸ਼ਿਸ਼ ਕਰਨੀ ਆ ਵੀ ਆਪਣਾ ਟਾਈਮ ਵਧਾਈਏ ਅਤੇ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਜੀ ਅਗਲੇ ਟੌਪਿਕ ਅਤੇ ਅਗਲੀ ਡਿਸਕਸ਼ਨ ਦੇ ਨਾਲ ਤਦ ਤੱਕ ਲਈ ਮੈਨੂੰ ਸਲੋਨੀ ਸਰੀਨ ਨੂੰ ਦਿਉ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ